ਅੱਜ ਅਜਿਹੇ ਐਕਟਰ ਦਾ ਜਨਮ ਦਿਨ ਆ ਜਿਨ੍ਹਾਂ ਨੇ ਫਿਲਮੀ ਪਰਦੇ ਤੇ ਤਾਂ ਵਿਲਨ ਦਾ ਬਹੁਤ ਵਾਰ ਰੋਲ ਨਿਭਾਇਆ ਪਰ ਅਸਲ ਵਿੱਚ ਰੀਅਲ ਹੀਰੋ ਸਾਬਿਤ ਹੋਏ ਰੀਅਲ ਲਾਈਫ ਨੂੰ ਛੱਡ ਕੇ ਰੀਅਲ ਲਾਈਫ 'ਚ ਹੀਰੋ ਬੰਨਣਾ ਕੋਈ ਇਹਨਾਂ ਤੋਂ ਸਿੱਖੇ ਮੈਂ ਗੱਲ ਕਰ ਰਹੀ ਆ ਗਰੀਬਾਂ ਦਾ ਮਸੀਹਾ ਕਹੇ ਜਾਣ ਵਾਲੇ ਸੋਨੂ ਸੂਦੀ ਜੀ ਬਿਲਕੁਲ ਆਜੋਨਾ ਦਾਇਆ ਜਨਮ ਦਿਨ ਤੇ ਇਸ ਮੌਕੇ ਉਹਨਾਂ ਨੂੰ ਮੇਰੇ ਵੱਲੋਂ ਤੇ ਵਿਜ਼ਨ ਪੰਜਾਬ ਟੀਵੀ ਦੀ ਪੂਰੀ ਟੀਮ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਗੱਲਾਂ ਦੇ ਬਾਰੇ ਸੋ ਅੱਜ ਦੀ ਸਾਡੀ ਸਟੋਰੀ ਦੀ ਸ਼ੁਰੂਆਤ ਹੁੰਦੀ ਹੈ 30 ਜੁਲਾਈ 1973 ਤੋਂ ਜਦੋਂ ਸੋਨੂ ਸੂਦ ਦਾ ਪੰਜਾਬ ਦੇ ਮੋਗਾ ਜ਼ਿਲ੍ਹੇ 'ਚ ਜਨਮ ਹੋਇਆ ਸੀ ਸਟੱਡੀ ਕਰਨ ਲਈ ਪੰਜਾਬ ਤੋਂ ਬਾਹਰ ਨਿਕਲੇ ਇੰਜੀਨੀਅਰਿੰਗ ਕੀਤੀ ਤੇ ਇੰਜੀਨੀਅਰਿੰਗ ਦੇ ਨਾਲ-ਨਾਲ ਹੀ ਮော်ਡਲਿੰਗ ਨੂੰ ਟ੍ਰਾਈ ਕਰਨਾ ਸ਼ੁਰੂ ਕਰ ਦਿੱਤਾ ਸੋ ਐਕਟਿੰਗ 'ਚ ਕੰਮ ਕਰਨ ਦੇ ਇਸ ਜਨੂਨ ਦੇ ਚੱਲਦੇ ਉਹ ਮੁੰਬਈ ਆ ਗਏ ਸਰਵਾਈਵ ਕਰਨ ਲਈ ਪੈਸਾ ਚਾਹੀਦਾ ਸੀ ਤੇ ਪੈਸੇ ਦੀ ਕਮੀ ਕਾਰਨ ਉਹਨਾਂ ਨੂੰ ਸਾਊਥ ਵੱਲ ਜਾਣਾ ਪਿਆ ਜਿੱਥੇ ਉਹਨਾਂ ਨੇ ਇੱਕ ਕੰਪਨੀ 'ਚ ਜੌਬ ਸ਼ੁਰੂ ਕਰ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਐਕਟਿੰਗ 'ਚ ਵੀ ਆਪਣੀ ਕਿਸਮਤ ਅਜਮਾਉਣਾ ਸ਼ੁਰੂ ਕਰ ਦਿੱਤਾ ਸੋ ਉਹਨਾਂ ਨੇ ਮਿਸਟਰ ਇੰਡੀਆ ਦੇ ਕੰਟੈਸਟ ਪਾਰਟਿਸਪੇਟ ਕੀਤਾ ਤੇ ਟੌਪ 5 'ਚ ਆਪਣੀ ਜਗ੍ਹਾ ਵੀ ਬਣਾਈ ਬਸ ਇਸ ਤੋਂ ਸੋਨੂ ਦੀ ਇੰਡਸਟਰੀ 'ਚ ਵੀ ਪਛਾਣ ਬਣਨ ਸ਼ੁਰੂ ਹੋ ਗਈ ਲੋਕ ਉਹਨਾਂ ਨੂੰ ਜਾਣਨ ਲੱਗ ਗਏ ਤੇ ਸੌ ਦੀ ਮੂਵੀਜ਼ 'ਚ ਕੰਮ ਮਿਲਣਾ ਸ਼ੁਰੂ ਹੋ ਗਿਆ 2002 ਚ ਬਾਲੀਵੁੱਡ ਇੰਡਸਟਰੀ ਵਿੱਚ ਉਹਨਾਂ ਨੇ ਐਂਟਰੀ ਕੀਤੀ ਫਿਲਮ ਸ਼ਹੀਦੇ ਆਜ਼ਮ ਦੇ ਨਾਲ ਸਲਮਾਨ ਖਾਨ ਦੇ ਨਾਲ ਉਹਨਾਂ ਦਬੰਗ ਫਿਲਮ ਦੇ ਵਿੱਚ ਕੰਮ ਕੀਤਾ ਜਿਸ ਤੋਂ ਉਹਨਾਂ ਨੂੰ ਬਹੁਤ ਫੇਮ ਮਿਲਿਆ 네ਗੇਟਿਵ ਕਰੈਕਟਰ ਨੂੰ ਲੋਕਾਂ ਨੇ ਬੜਾ ਪਸੰਦ ਕੀਤਾ ਦਬੰਗ ਫਿਲਮ ਦੇ ਵਿੱਚ ਬੜੀਆਂ ਫਿਲਮਾਂ ਦੇ ਵਿੱਚ ਉਸ ਤੋਂ ਬਾਅਦ ਨਜ਼ਰ ਆਏ ਇਸ ਸਬਦ ਦੇ ਚੱਲਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਬਹੁਤ ਪਿਆਰ ਮਿਲ ਰਿਹਾ ਸੀ ਪਾਰੇ ਪਿਆਰ ਸੀ ਸਿਰਫ ਤਾਂ ਸਿਰਫ ਉਹਨਾਂ ਦੀ ਅਦਾਕਾਰੀ ਨੂੰ ਲੈ ਕੇ ਅਸਲ ਲੋਕਾਂ ਦਾ ਪਿਆਰ ਵਰਸਿਆ सोनू सूਤੇ ਜਦੋਂ ਉਹ ਲੋਕਾਂ ਦੀ ਮਦਦ ਲਈ ਅੱਗੇ ਆਇਆ कोरोना वायरस ਦੇ ਚੱਲਦੇ ਜਦੋਂ ਲਾਸਟ ইয়ার ਸਭ ਕੁਝ ਬੰਦ ਹੋ ਗਿਆ ਤਾਂ ਬਹੁਤ ਸਾਰੇ ਮਜ਼ਦੂਰ ਫਸ ਗਏ ਸੀ ਜੋ ਕਿ ਆਪਣੇ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸੀ ਪਰ ਸਭ ਕੁਝ ਬੰਦ ਹੋਣ ਕਰਕੇ ਲਾਕਡਾਊਨ ਦੀ ਡੇਟ ਵਧ ਰਹੀ ਸੀ ਜਿਸ ਕਰਕੇ ਸੋਨੋ ਸੂਦ ਅੱਗ ਗਿਆ ਹੈ ਕਿ ਉਹਨਾਂ ਨੇ ਲੋਕਾਂ ਦੀ ਮਦਦ ਕਰਨੇ ਸ਼ੁਰੂ ਕੀਤੀ ਇਸ ਸਬ ਦੇ ਚੱਲਦੇ ਹੋਏ ਉਹਨਾਂ ਨੇ ਲੋਕਾਂ ਨੂੰ ਖਾਣਾ ਫ੍ਰੀ ਪ੍ਰੋਵਾਈਡ ਕਰਵਾਇਆ ਫ੍ਰੀ ਸਰਵਿਸਿਜ਼ ਪ੍ਰੋਵਾਈਡ ਕਰਵਾਈਆਂ ਤਾਂ ਕਿ ਘਰਾਂ ਤੱਕ ਉਹ ਪਹੁੰਚ ਸਕਣ ਇਸ ਤੋਂ ਬਾਅਦ ਜਦੋਂ ਫਿਰ ਕਰੋਨਾ ਦਾ ਕਹਿਰ ਵਧਿਆ ਲਾਕਡਾਊਨ ਲੱਗਾ ਕਰੋਨਾ ਵਾਇਰਸ ਦੇ ਚੱਲਦੇ ਕੇਸਸ ਵਧੇ ਤੇ ਆਕਸੀਜਨ ਦੀ ਕਮੀ ਹੋਈ ਸੋਨੂ ਸੂਦ ਫੇਰ ਅੱਗੇ ਆਏ ਉਹਨਾਂ ਨੇ ਲੋਕਾਂ ਨੂੰ ਆਕਸੀਜਨ ਪਹੁੰਚਾਉਣੀ ਸ਼ੁਰੂ ਕੀਤੀ ਹਸਪੀਟਲਸ ਦੇ ਵਿੱਚ ਬੈੱਡ ਪ੍ਰੋਵਾਈਡ ਕਰਵਾਏ ਜਿੱਥੇ ਦੇਸ਼ ਦੀਆਂ ਸਰਕਾਰਾਂ ਆਪਣੇ ਹੱਥ ਖੜੇ ਕਰ ਚੁੱਕੀਆਂ ਸੀ ਉੱਥੇ ਹੀ ਸੋਨੂ ਸੂਦ ਕਰ ਰਹੇ ਸੀ ਲੋਕਾਂ ਦੀ ਮਦਦ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਦੇਸ਼ ਚ ਕਿ ਲੋਕੀਂ jobb ਤੱਕ ਲਈ ਤਰਸਣ ਲੱਗੇ ਤੇ ਸੋਨੂ ਸੂਦ ਦੇ ਕੋਲ ਜਾ ਕੇ ਗੁਜ਼ਾਰਿਸ਼ ਕਰਨ ਲੱਗੇ ਤੇ ਸੋਨੂ ਨੇ ਕਿਸੇ ਨੂੰ ਵੀ ਨਿਰਾਸ਼ ਨਹੀਂ ਭੇਜਿਆ ਲੋਕਾਂ ਦਾ ਪਿਆਰ ਇਸ ਕਦਰ ਵੱਧ ਗਿਆ ਕਿ ਕੁਝ ਤਾਂ ਤੁਰਕੇ ਪਹੁੰਚਣ ਲੱਗੇ ਤੇ ਕੁਝ ਦੂਰੋਂ ਦੂਰੋਂ ਕਈ ਕਿਲੋਮੀਟਰ ਸਾਈਕਲ ਤੇ ਹੀ ਚੱਲ ਕੇ ਜਾਣ ਲੱਗੇ ਸੋਨੂ ਸੁਦ ਨੂੰ ਮਿਲਣ ਦੇ ਲਈ ਸੋਨੂ ਸੁਦ ਨੇ ਹਮੇਸ਼ਾ ਇੱਕ ਹੀ ਚੀਜ਼ ਕਹੀ ਕਿ ਤੁਸੀਂ ਇੰਨੀ ਦੂਰੋਂ ਨਾ ਆਓ ਤੇ ਹਮੇਸ਼ਾ ਮਨਾ ਕਰਨ ਲੱਗੇ ਤੇ ਇਹ ਚੀਜ਼ ਕਹਿਣ ਲੱਗੇ ਕਿ ਮੈਂ ਤੁਹਾਡੇ ਲਈ ਹਮੇਸ਼ਾ ਅਵੇਲੇਬਲ ਹਾਂ ਤੁਸੀਂ ਇੰਨੀ ਦੂਰੋਂ ਇਹਨਾਂ ਸਫਰ ਕਰਕੇ ਨਾ ਆਓ ਪਰ ਇਹ ਲੋਕਾਂ ਦਾ ਪਿਆਰ ਹੈ ਜਿਸ ਕਰਕੇ ਉਹ بار بار ਸੋਨੂ ਸੁਦੇ ਮਨਾ ਕਰਨ ਤੇ ਵੀ ਉਹਨਾਂ ਨੂੰ ਮਿਲਣ ਦੇ ਲਈ ਚਲੇ ਹੀ ਜਾਂਦੇ ਨੇ